ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਆਪ ਸਭ ਦਾ ਐਨ ਆਰ ਆਈ ਮੀਟ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਹਾਜ਼ਰ ਹਾਂ ਮਸਕੜ ਦੇ ਵਿੱਚ ਤੇ ਸਾਡੇ ਨਾਲ ਨੇ ਇੱਥੋਂ ਦੀ ਰਹਿਣ ਵਾਲੀ ਲੇਕਿਨ ਹਿੰਦੁਸਤਾਨ ਥੀਏਟਰ ਅਤੇ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਲੇਖਿਕਾ ਨਿਰਦੇਸ਼ਕਾ ਹਰਵਿੰਦਰ ਕੋਰ ਬਬਲੀ ਬਬਲੀ ਜੀ ਹੁਣ ਅਸੀਂ ਗੱਲ ਕਰਦੇ ਹਾਂ ਤੁਹਾਡੇ ਇਸ ਕਲਾ ਬਾਰੇ ਤੁਸੀਂ ਏਸ਼ੀਆ ਦੇ ਮਸ਼ਹੂਰ ਜੋ ਕਿ ਹਿੰਦੁਸਤਾਨ ਦੇ ਵਿੱਚ ਦਿੱਲੀ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਹੈ ਉੱਥੋਂ ਤੁਸੀਂ ਐਕਟਿੰਗ ਦਾ ਡਿਪਲੋਮਾ ਕੀਤਾ ਜਾਂ ਡਿਗਰੀ ਕੀਤੀ ਉਸ ਤੋਂ ਬਾਅਦ ਰੈਪਰੇਟਰੀ ਵਿੱਚ ਵੀ ਕਈ ਸਾਲ ਕੰਮ ਕੀਤਾ ਤੁਹਾਡੀਆਂ ਬਹੁਤ ਉਪलब्ਧੀਆਂ ਵੀ ਨੇ ਜਰਾ ਉਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਆਪਣੇ ਜਜ਼ਬਾਤ ਆਪਣੇ ਤਜਰਬੇ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ 93 ਵਿੱਚ ਗਈ ਸੀ ਤੇ 90 ਵਿੱਚ ਮੈਂ ਜੁਆਇਨ ਕੀਤਾ ਸੀ 93 ਚ ਪਾਸ ਆਊਟ ਕਰ ਗਏ ਫਿਰ ਨੈਸ਼ਨਲ ਸਕੂਲ ਆਫ ਡਰਾਮਾ ਦੀ ਰੈਪਟਰੀ ਕੰਪਨੀ ਹੈ ਉਹਨਾਂ ਨੇ ਜਿੱਦਾਂ ਹੀ ਮੈਂ ਉੱਥੋਂ ਨਿਕਲੀ ਸੀ ਤੇ ਰੈਪਟਰੀ ਦੇ ਵਿੱਚ ਸਿਲੈਕਟ ਹੋ ਗਈ ਉਥੇ ਐਜ਼ ਅ ਏਗ੍ਰੇਡ ਆਰਟਿਸਟ ਮੈਂ 8-9 ਸਾਲ ਕੰਮ ਕੀਤਾ ਹੈ ਵੈਸੇ ਤੇ ਸਾਡਾ ਜਿਹੜਾ ਉਥੇ ਕੰਮ 6 ਸਾਲ ਲਈ ਇੱਕ ਆਰਟਿਸਟ ਰਹਿ ਸਕਦਾ ਕਿਉਂਕਿ ਮੈਂ ਕਾਫੀ ਨਾਟਕਾਂ ਦੇ ਵਿੱਚ ਲੀਡ ਰੋਲ ਕਰਦੀ ਸੀਗੀ ਇਸ ਕਰਕੇ ਫਿਰ ਉਹ ਮੈਨੂੰ ਹੋਰ ਸਾਲ ਵਿੱਚ ਵੀ ਕਾਫੀ 2-3 ਸਾਲ ਹੋਰ ਬੁਲਾਉਂਦੇ ਰਹੇ ਉਥੇ ਫਿਰ ਉਸ ਤੋਂ ਬਾਅਦ ਰਿਪੇਟਰੀ ਦੇ ਵਿੱਚ ਜਦੋਂ ਮੈਂ ਕੰਮ ਕਰਕੇ ਬਾਹਰ ਚਲੇ ਗਈ ਤੇ ਬਾਹਰ تھیਟਰ ਕਰਨਾ ਸ਼ੁਰੂ ਕਰਤਾ ਤੇ ਕਿਉਂਕਿ ਮੈਂ ਸਪੈਸ਼ਲਾਈਜੇਸ਼ਨ ਇਨ ਐਕਟਿੰਗ ਕੀਤੀ ਸੀ نیشنل ਸਕੂਲ ਆਫ ਡਰਾਮਾ ਤੋਂ ਤਾਂ ਮੈਂ ਐਕਟਿੰਗ ਕਰਦੀ ਸੀ ਉਥੇ ਬਾਹਰ ਨਿਕਲ ਕੇ ਮੈਨੂੰ ਅਧਰ ਲੱਗਾ ਕਿ ਐਕਟਿੰਗ ਦੇ ਨਾਲ ਜਿਹੜਾ ਇਹ ਪੇਟ ਨਹੀਂ ਭਰਦਾ ਅੱਛਾ ਤੇ ਇਸ ਕਰਕੇ ਫਿਰ ਮੈਂ ਡਾਇਰੈਕਸ਼ਨ ਵਿੱਚ ਸ਼ੁਰੂ ਕਰ ਦਿੱਤੀ ਨਾیشنل ਸਕੂਲ ਆਫ ਡਰਾਮਾ ਦੇ ਵਿੱਚ ਹਿੰਦੀ ਪਲੇ ਕੀਤੇ ਕਾਫੀ ਬਾਕੀ ਹੋਰ ਜਿੰਨੀਆਂ ਵੀ ਲੈਂਗੁਏਜ ਸੀਗੀਆਂ ਉਹਨਾਂ ਦੇ ਟਰਾਂਸਲੇਸ਼ਨ ਕੀਤੇ ਲੇਕਿਨ ਬਾਹਰ ਨਿਕਲ ਕੇ ਮੈਂ ਕਿਉਂਕਿ ਪੰਜਾਬ ਤੋਂ ਆ ਤੇ ਆਪਣੀ ਜਿਹੜੀ ਬੋਲੀ ਹੈ ਪੰਜਾਬੀ ਬੋਲੀ ਹੈ ਉਹਨੂੰ ਜੇ ਅਸੀਂ ਨਾ ਉਹ ਉਹਦੇ ਵਿੱਚ ਨਾਟਕ ਕਰੀਏ ਤਾਂ ਇਹ ਇਨਸਾਫ ਨਹੀਂ ਹੋਏਗਾ ਮੈਨੂੰ ਲੱਗਦਾ ਇਸ ਕਰਕੇ ਫਿਰ ਅਸੀਂ ਮੈਂ ਬਾਹਰ ਨਿਕਲ ਕੇ ਪੰਜਾਬੀ ਇਨਾਟਕ ਕਰਨੇ ਸ਼ੁਰੂ ਕੀਤੇ ਹਿੰਦੀ ਥੀਏਟਰ ਵੀ ਮੇਰੇ ਨਾਲ ਨਾਲ ਚੱਲਦਾ ਰਿਹਾ ਤੇ ਨਾਲ ਨਾਲ ਮੈਂ ਪੰਜਾਬੀ ਥੀਏਟਰ ਵੱਲ ਵੀ ਮੂੰਹ ਮੋੜਿਆ ਫਿਰ ਤਾਂ ਪੰਜਾਬੀ ਥੀਏਟਰ ਵੀ ਕਰਦੀ ਰਹੀ ਕਾਫੀ ਤੁਸੀਂ ਫਿਲਮ ਅਤੇ ਥੀਏਟਰ ਦੇ ਮਸ਼ਹੂਰ ਹਸਤੀਆਂ ਨਾਲ ਵੀ ਕੰਮ ਕੀਤਾ ਹੈ ਜਿਹੜੇ ਕਿ ਅਲੱਗ-ਅਲੱਗ ਫੀਲਡ ਦੇ ਵਿੱਚ ਆਪਣੇ ਮਾਸਟਰੀ ਹਾਸਲ ਕਰਦੇ ਨੇ ਉਹਨਾਂ ਨਾਲ ਕੰਮ ਕਰਦਿਆਂ ਹੋਇਆ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਕੋਈ ਤਜਰਬਾ ਕੋਈ ਕੋਈ ਯਾ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ ਅ ਇਦਾਂ ਦੇ ਤਾਂ ਕਾਫੀ ਸਾਰੇ ਤਜਰਬੇ ਨੇ ਆਪਾਂ ਗੱਲ ਕਰਨ ਲੱਗੇ ਹਾਂ ਤੇ ਮੈਨੂੰ ਲੱਗਦਾ ਕਿ ਕਈ ਰਾਤੇ ਵੀ ਜਾਣਗੀਆਂ ਤੇ ਬਟ ਮੈਨੂੰ ਜਿਹੜੇ ਮੈਂ ਇਕਦਮ ਬਿਲਕੁਲ ਹੀ ਨਹੀਂ ਭੁਲਾ ਸਕਦੀ ਉਹ ਇਹ ਹੈ ਕਿ ਮੈਂ ਨਸੀਰ উদ্দিন ਸ਼ਾਹ ਸਾਹਿਬ ਜਿਹੜੇ ਕਿ ਬਹੁਤ ਅੱਛੇ ਐਕਟਰ ਨੇ theater ਦੇ ਵੀ ਤੇ ਫਿਲਮ ਇੰਡਸਟਰੀ ਵਿੱਚ ਵੀ ਉਹਨਾਂ ਨੇ ਕਾਫੀ ਆਪਣਾ ਨਾਮ ਕਮਾਇਆ ਹੈ ਉਹਨਾਂ ਨੇ ਸਾਡੀ ਐਕਟਿੰਗ ਕਲਾਸ ਲਈ ਸੀ ਤੇ ਉਹ ਜਦੋਂ ਸਾਨੂੰ ਐਕਟਿੰਗ ਸਿਖਾਉਂਦੇ ਸੀ ਤਾਂ ਸਾਨੂੰ ਇਦਾਂ ਲੱਗਦਾ ਸੀ ਕਿ ਜਿਹੜਾ ਸੀਨ ਹੈ ਜਿਹੜਾ ਰੋਲ ਹੈ ਉਹ ਸਾਡੀਆਂ ਵੇਇਨਸ ਦੇ ਵਿੱਚ ਚਲਾ ਗਿਆ ਹੈ the skin ਮਤਲਬ skin ਫਾੜ ਕੇ ਅੰਦਰ ਚਲਾ ਗਿਆ ਅੰਦਰ ਤੱਕ ਚਲਾ ਗਿਆ ਉਹ ਰੋਲ ਇਸ ਤਰ੍ਹਾਂ ਸਮਝਾਉਂਦੇ ਸੀ ਫਿਰ ਸਤੇਦੇਵ ਦੁੱਬੇ ਦਾ ਨਾਮ ਤੁਸੀਂ ਸੁਣਿਆ ਉਹਨਾਂ ਦਾ ਤੇ ਮੇਰੇ ਗੁਰੂ ਜੀ ਉਹਨਾਂ ਨੇ ਵੀ ਉਹਨਾਂ ਦੇ ਨਾਲ ਜਦੋਂ ਮੈਂ ਕੰਮ ਕੀਤਾ ਉਹਨਾਂ ਦਾ ਵੀ ਥੀਏਟਰ ਦੇ ਵਿੱਚ ਬਹੁਤ ਜ਼ਿਆਦਾ ਨਾਮ ਹੈ ਤੇ ਉਹਨਾਂ ਨੂੰ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਕੰਮ ਕਰਨ ਦਾ ਉਹਨਾਂ ਨੇ ਮੈਨੂੰ ਆਪਣੇ ਨਾਟਕ ਦੇ ਵਿੱਚ ਮੇਨ ਰੋਲ ਦਿੱਤਾ ਤੇ ਜਿਸ ਕਹਿੰਦੇ ਨੇ ਕਿ ਹਰ ਡਾਇਰੈਕਟਰ ਦੀ ਆਪਣੀ ਆਪਣਾ ਇੱਕ ਸਟਾਈਲ ਹੁੰਦਾ ਸਿਖਾਉਣ ਦਾ ਉਹਨਾਂ ਦਾ ਜਿਹੜਾ ਸਟਾਈਲ ਸੀ ਉਹ ਬਿਲਕੁਲ ਡਿਫਰੈਂਟ ਸੀਗਾ ਤੇ ਮੈਨੂੰ ਲੱਗਦਾ ਕਿ ਜਦੋਂ ਸਤੇਦੇਵ ਦੂਬੇ ਜੀ ਨੇ ਪ੍ਰਸੰਨਾ ਜੀ ਦਾ ਨਾਮ ਹੈ ਉਹ ਰਾਮ ਗੋਪਾਲ ਸ਼ਰਮਾ ਜੀ ਨੇ சுரேਸ਼ ਪਾਰਦਵਾਜ ਨੇ ਮਤਲਬ ਬਹੁਤ سارے ਡਾਇਰੈਕਟਰ ਨੇ ਆਪਣੇ ਡੀਆ ਰੰਕੂਰ ਸਾਹਿਬ ਨੇ ਮਤਲਬ ਮੈਂ ਹੁਣ ਕਿਨਾ ਕਿਨਾ ਦੇ ਨਾਮ ਲਵਾਂ ਕਿ ਮੈਂ ਜੇ ਮੈਂ ਮਾਫੀ ਵੀ ਮੰਗਦੀ ਹਾਂ ਕਿ ਮੈਂ ਨਾਮ ਨਾ ਜੇ ਲੈ ਸਕਾਂ ਕੁਝ ਤੇ ਮਤਲਬ ਬਹੁਤ ਜ਼ਿਆਦਾ ਹਰ ਇੱਕ ਨੂੰ ਸਿੱਖਣ ਦਾ ਮੌਕਾ ਮਿਲਿਆ ਬਬਲੀ ਜੀ ਤੁਹਾਡੀਆਂ ਆਪਣੀਆਂ ਉਪਲਬਧੀਆਂ ਇਸ ਫੀਲਡ ਵਿੱਚ ਬਹੁਤ ਨੇ ਉਹਨਾਂ ਦੀ ਫੈਰਸਤ ਲੰਬੀ ਹੈ ਲੇਕਿਨ ਅਗਰ ਮੈਂ ਬਿਆਨ ਕਰਾਂਗਾ ਤੇ ਸ਼ਾਇਦ ਮੈਂ ਪੂਰੀ ਤਰ੍ਹਾਂ ਨਹੀਂ ਦੱਸ ਪਾਵਾਂਗਾ ਮੈਂ ਚਾਹਾਂਗਾ ਕਿ ਤੁਸੀਂ ਖੁਦ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਦੱਸ ਸਕੋ ਇੱਕ ਬੀਇੰਗ ਅ ਥੀਏਟਰ ਆਰਟਿਸਟ ਜਦੋਂ ਆਪਾਂ ਸਟੇਜ ਦੇ ਉੱਪਰ ਐਕਟ ਕਰ ਰਹੇ ਹੁੰਨੇ ਆ ਤੇ ਉਦੋਂ ਜਦੋਂ ਦਰਸ਼ਕ ਜਿਹੜਾ ਹੈ ਉਹਨੂੰ ਆਪਾਂ ਕੀਲ ਲੈਨੇ ਆ ਜਾਂ ਆਪਣੇ ਨਾਲ ਮਿਲਾ ਲੈਨੇ ਆ ਤੇ ਜਦੋਂ ਉਹ ਖੁਸ਼ ਹੋ ਕੇ ਤਾੜੀਆਂ ਮਾਰਦਾ ਤੇ ਮੈਨੂੰ ਲੱਗਦਾ ਕਿ ਉਸ ਤੋਂ ਵੱਡੀ ਉਪਲਬਧੀ ਕੋਈ ਨਹੀਂ ਹੈ ਪਰ ਕਹਿੰਦੇ ਨੇ ਕਿ ਲੋਕ ਕਹਿੰਦੇ ਨੇ ਕਿ ਨਹੀਂ ਨਹੀਂ ਤੁਸੀਂ ਆ ਵੀ ਕੀਤਾ ਆ ਵੀ ਕੀਤਾ ਉਦਾਂ ਤੇ ਫਿਰ ਦੇਖੋ ਇੰਨੇ ਸਾਲ ਆਪਾਂ ਕੰਮ ਕਰਾਂਗੇ ਤੇ ਕਾਫੀ ਜਦੋਂ ਬੈਸਟ ਐਕਟਰਸ ਦਾ ਅਵਾਰਡ ਵੀ ਮਿਲੇ ਹੋਏ ਨੇ ਤੁਸੀਂ ਵੀ ਜਾਣਦੇ ਹੋ ਜਦੋਂ ਆਪਾਂ ਇਕੱਠੇ ਨਾਟਕ ਕੀਤਾ ਸੀ ਤੁਸੀਂ ਕੀਤਾ ਸੀ ਆਪਣੀ ਡਾਇਰੈਕਸ਼ਨ ਦੇ ਵਿੱਚ ਉਦੋਂ ਵੀ ਇੱਕ ਮਿਲਿਆ ਮੈਨੂੰ ਬੈਸਟ ਐਕਟਰਸ ਦਾ ਅਵਾਰਡ ਤੇ ਇਸੇ ਤਰ੍ਹਾਂ ਡਿਊਰਿੰਗ ਮੇਰਾ ਥੀਏਟਰ ਪ੍ਰੋਸੈਸ ਜਦੋਂ ਮੈਂ ਥੀਏਟਰ ਕਰ ਰਹੀ ਸੀ ਉਦੋਂ ਉਦੋਂ ਮੇਰਾ ਇੱਕ ਨਾਟਕ ਦੇਖਣ ਵਾਸਤੇ ਆਏ ਸੀ ਹਰਬੰਸ ਮੋਦੀ ਜੀ ਫੇਮਸ ਡਿਜ਼ਾਈਨਰ ਐਂਡ ਫੋਟੋਗ੍ਰਾਫਰ ਉਹਨਾਂ ਨੇ ਮੇਰਾ ਨਾਟਕ ਦੇਖਿਆ ਸੀ ਉਸ ਤੋਂ ਬਾਅਦ ਨਾਟਕ ਦੇਖਣ ਤੋਂ ਮੈਂ ਸੱਦੇ ਦਿਵ ਦੂਬੇ ਜੀ ਦੀ ਡਾਇਰੈਕਸ਼ਨ ਦੇ ਹੇਠ ਹੋ ਕਰ ਰਹੀ ਸੀ ਨਾਟਕ ਦੁਰਗਾ ਦਾ ਰੋਲ ਕਰ ਰਹੀ ਸੀ ਉਹਨਾਂ ਨੇ ਉਹ ਨਾਟਕ ਦੇਖਿਆ ਉਸ ਤੋਂ ਬਾਅਦ ਮੈਨੂੰ ਆਪਣਾ ਕਾਰਡ ਦੇ ਕੇ ਚਲੇ ਗਏ ਮੈਨੂੰ ਪਤਾ ਨਹੀਂ ਸੀ ਕੌਣ ਇਨਸਾਨ ਨੇ ਉਹ ਜੀ ਜੀ ਤੇ ਫਿਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਐਗਜ਼ਿਬਿਸ਼ਨ ਕੀਤੀ ਪਹਿਲਾਂ ਸੁਸ਼ਮિતા ਸੇਨ ਦੇ ਨਾਲ ਫਿਰ ਆਪਣੇ ਉਹ ਹੈ ਆਪਣੇ ਕੁਸ਼ਵੰਤ ਸਿੰਘ ਜੀ ਉਹਨਾਂ ਦੇ ਨਾਲ ਕੀਤੀ ਔਰ ਕਾਫੀ ਮਤਲਬ ਕਾਫੀ ਸਾਰੇ ਐਗਜ਼ੀਬਿਸ਼ਨ ਉਹ ਕਰ ਚੁੱਕੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਐਗਜ਼ੀਬਿਸ਼ਨ ਕਰੋ ਤੇ ਮੈਨੂੰ ਲੱਗਦਾ ਇਹ ਵੀ ਕਾਫੀ ਵੱਡੀ ਇੱਕ ਉਪਲਬਧੀ ਸੀ ਮੇਰੇ ਵਾਸਤੇ ਕਿ ਬੀਇੰਗ ਐਨ ਐਕਟਰੈਸ ਮੈਨੂੰ ਇੱਕ ਐਜ਼ ਅ ਮਾਡਲ ਬਣਨ ਦਾ ਮੌਕਾ ਵੀ ਮਿਲੇ ਕਿਉਂਕਿ ਮੈਂ ਆਪਣੇ ਆਪ ਨੂੰ ਸਮਝਦੀ ਸੀ ਵੀ ਛੋਟੀ ਜੀ ਹਾਈਟ ਹੈ ਕਹਿੰਦੇ ਨੇ ਕਿ ਮਾਡਲ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਬੜੀਆਂ ਲੰਬੇ ਲੰਬੀਆਂ ਸੋਹਣੀਆਂ ਉੱਚੇ ਲੰਬੀਆਂ ਜਵਾਨ ਹੁੰਦੀਆਂ ਬਟ ਨੋ ਐਨੀਵੇ ਇਸ ਵਾਸ ਨਾਈਸ ਐਕਸਪੀਰੀਅੰਸ ਥੀਏਟਰ ਤੋਂ ਬਾਹਰ ਜਾ ਕੇ ਕੀ ਮਿਲਿਆ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਾਫੀ ਕੰਮ ਕੀਤਾ ਪਾਕਿਸਤਾਨ ਨੇ ਕਈ ਵਾਰੀ ਬੁਲਾਇਆ ਉਹਨਾਂ ਨੇ ਮੈਨੂੰ ਨਾਟਕ ਕਰਨ ਵਾਸਤੇ ਤੇ ਉਥੋਂ ਵੀ ਕਾਫੀ ਮੇਰੀ ਆਡੀਅੰਸ ਹੈ ਲੋਕ ਪਸੰਦ ਕਰਦੇ ਨੇ ਉਥੋਂ ਦੇ ਵੀ ਐਂਡ ਬਾਕੀ ਆਖਦੇ ਨੇ ਕਿ ਉਪलब्ਧੀਆਂ ਗਿਣਨ ਲੱਗੇ ਤਾਂ ਫਿਰ ਮਤਲਬ ਹਾਲੇ ਤੱਕ ਮੈਨੂੰ ਪਰ ਇਹ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਇੱਕ ਐਕਟਰ ਵਾਸਤੇ ਕੋਈ ਇਹ ਨਹੀਂ ਹੁੰਦਾ ਕਿ ਬਸ ਹੁਣ ਹੋ ਗਿਆ ਖਤਮ ਜਾਂ ਸੈਟੀਸਫੈਕਸ਼ਨ ਹੋ ਗਈ ਹੈ ਕਦੇ ਵੀ ਨਹੀਂ ਹੁੰਦੀ ਇੱਕ ਐਕਟਰ ਜਿੱਦਾਂ ਹੈ ਜਦਾਂ ਆਪਾਂ ਸਾਜ਼ ਜੋ ਹੈ ਉਹਨੂੰ ਰੋਜ਼ ਟਿਊਨ ਕਰਦੇ ਆ ਇਸੇ ਤਰ੍ਹਾਂ ਇੱਕ ਐਕਟਰ ਜਿਹੜਾ ਹੈ ਉਹ ਕਦੇ ਵੀ ਪੂਰਨ ਨਹੀਂ ਹੋ ਸਕਦਾ ਤੇ ਆਪਾਂ ਕੋਸ਼ਿਸ਼ ਕਰਦੇ ਆ ਕਿ ਰੋਜ਼-ਰੋਜ਼ ਕੁਝ ਕਰੀਏ ਜੀ 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 ਜ਼ਰੂਰ ਮੇਰੇ ਨਿਰਦੇਸ਼ਾਂ ਵਿੱਚ ਕੰਮ ਕਰਕੇ ਤੁਸੀਂ ਅਵਾਰਡ ਲਿਆ ਲੇਕਿਨ ਮੈਂ ਵੀ ਤੁਹਾਡੇ ਨਿਰਦੇਸ਼ਾਂ ਵਿੱਚ ਕੰਮ ਕੀਤਾ ਹੈ ਦੋ ਨਾਟਕਾਂ ਵਿੱਚ ਪਰ ਮੈਨੂੰ ਅਵਾਰਡ ਨਹੀਂ ਮਿਲਿਆ ਕਿਉਂਕਿ ਉਹ ਨਾਟਕ ਕਿਸੇ ਕੰਪੀਟੀਸ਼ਨ ਵਿੱਚ ਨਹੀਂ ਸਨ ਬਟ ਜੋ ਦਰਸ਼ਕਾਂ ਦਾ ਮੈਨੂੰ ਪਿਆਰ ਮਿਲਿਆ ਜੋ ਦਰਸ਼ਕਾਂ ਨੇ ਮੈਨੂੰ ਸਰਾਇਆ ਔਰ ਮੈਨੂੰ ਜੋ ਤੁਹਾਡੀ ਨਿਰਦੇਸ਼ਨ ਵਿੱਚ ਕੰਮ ਕਰਨ ਦਾ ਮਜ਼ਾ ਆਇਆ ਉਹ ਮੇਰੇ ਵਾਸਤੇ ਇੱਕ ਬਹੁਤ ਵੱਡਾ ਅਵਾਰਡ ਹੈ ਪੂਰੀ ਦੁਨੀਆ ਦੇ ਵਿੱਚ ਲੇਕਿਨ ਮੈਂ ਤੁਹਾਡੇ ਕੇ ਗੁਜ਼ਾਰਿਸ਼ ਕਰਾਂਗਾ ਕਿਉਂਕਿ ਨਾਟਕ ਦੀ ਗੱਲ ਚੱਲੀ ਹੈ ਤੇ ਅਸੀਂ ਇੱਕ ਨਾਟਕ ਲੋਹਾਕੋਟ ਵਿੱਚ ਕੰਮ ਕੀਤਾ ਸੀਗਾ ਉਸ ਦਾ ਇੱਕ ਗੀਤ ਸੀ ਬਹੁਤ ਪਿਆਰਾ ਗੀਤ ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਉਹ ਗੀਤ ਤੁਹਾਡੀ ਜਿਹੜੀ ਹੈ ਕਲਾ ਹੈਗੀ ਗਾਉਣ ਦੀ ਉਹ ਸਾਡੇ ਦਰਸ਼ਕਾਂ ਨੂੰ ਵੀ ਥੋੜੀ ਜੀ ਮਿਲੇ ਤੇ ਪਲੀਜ਼ ਇੱਕ ਉਹ ਗੀਤ ਸਾਡੇ ਦਰਸ਼ਕਾਂ ਵਾਸਤੇ ਮੈਂ ਹੁਣ ਸਮਝ ਗਈ ਹਾਂ ਗੁਰਦੀਪ ਜੀ ਕਿਉਂਕਿ ਉਹਦੇ ਵਿੱਚ ਤੁਸੀਂ ਪ੍ਰੇਮੀ ਦਾ ਰੋਲ ਕਰਦੇ ਸੀ ਤੇ ਉਹ ਉਹਦੇ ਵਿੱਚ ਮੈਂ ਐਜ਼ ਅ ਪ੍ਰੇਮਿਕਾ ਸਟੇਜ ਦੇ ਉੱਤੇ ਖੜੀ ਹੁੰਦੀ ਸੀ ਤੇ ਉਹ ਜਦੋਂ ਤੁਹਾਡੀ ਐਂਟਰੀ ਹੁੰਦੀ ਸੀ ਵਧੀਆ ਜਿਹਾ ਗਾਣਾ ਵੱਜਦਾ ਸੀ ਤੁਸੀਂ ਬਹੁਤ ਸ਼ੈਤਾਨ ਨੂੰ ਵੈਸੇ ਆਪਣਾ ਹੀ ਗਾਣਾ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਲੋਕ ਕੋਈ ਨਹੀਂ ਮੈਂ ਸੁਣਾਉਣੀ ਹੈ ਪਰ ਇਟ ਵਾਸ ਅ ਨਾਈਸ ਪਲੇ ਬਲਵੰਤ ਗਾਰਗੀ ਜੀ ਦਾ ਪਲੇ ਮੈਂ ਕੀਤਾ ਸੀ ਡਾਇਰੈਕਟ ਕੀਤਾ ਸੀ ਔਰ ਜਿਹੜੀ ਸੂਫੀ ਪੋਇਟਰੀ ਆ ਉਹਦੇ ਵਿੱਚ ਯੂਜ਼ ਕੀਤੀ ਸੀਗੀ ਤੇ ਉਹ ਸੂਫੀ ਹੀ ਗਾਣਾ ਸੀਗਾ ਐਂਡ ਕੋਸ਼ਿਸ਼ ਕਰਦੀ ਆਂ ਕਿ ਮੈਂ ਕਿਉਂਕਿ ਥੀਏਟਰ ਦੇ ਵਿੱਚ ਜਿੰਨਾ ਗਾਇਆ ਜਾਂਦਾ ਉਹਨਾਂ ਹੀ ਗਾਉਂਗੀ ਕਿਉਂਕਿ ਆਪਾਂ ਸਿੰਗਰ ਤਾਂ ਹੈ ਨਹੀਂਗੇ ਬਟ ਐਨੀਵੇ ਥੀਏਟਰ ਦੇ ਵਿੱਚ ਜਦੋਂ ਕੋਈ ਮੈਨੂੰ ਗਾਉਣ ਵਾਸਤੇ ਕਹਿੰਦਾ ਫਿਰ ਆਪਾਂ ਪਿੱਛੇ ਨਹੀਂ ਹਟਦੇ ਜੀ ਆਵੇ ਮਹੀ ਕਿਤੇ ਮਿਲਵੇ ਮਹੀ ਆਵੇ ਮਹੀ ਕਿਤੇ ਮਿਲਵੇ ਮਹੀ तेरे हिजर ने पाया सलिया मैं वाटा मलिया वे आवे माही आवे माही मिलवे माही तेरे ने पाइयाँ सलिया मलिया ओ, मेरा ओ, हो मेरा माही, मेरी सजरी सवेरनी ओहो मेरा माही, मेरी सजरी सवेरनी अखियां च रहे वसदा ਮੈਂ ਮੇਰੀਆਂ ਅੱਖੀਆਂ 'ਚ ਰਹੇ ਵਸਦਾ ਮੈਂ ਮੇਰੀ ਬਹੁਤ ਖੂਬ ਬਹੁਤ ਖੂਬ ਅਰਵਿੰਦਰ ਜੀ ਤੁਸੀਂ ਦੁਨੀਆ ਦੇ ਅਨੇਕਾ ਮੁਲਕਾਂ ਵਿੱਚ ਜਾ ਕੇ ਆਪਣੇ ਕਲਾ ਦਾ ਮਜ਼ਾਹਰਾ ਕਰਦੇ ਹੋ ਅਗਰ ਤੁਹਾਨੂੰ ਹਿੰਦੁਸਤਾਨ ਵਿੱਚ ਲੱਭਣਾ ਹੋਵੇ ਕਿਸੇ ਨੇ ਤਾਂ ਕਿਵੇਂ ਕੰਟੈਕਟ ਕਰ ਸਕਦਾ ਹੈ ਮੈਂ ਆਪਣਾ ਦੇਸ਼ ਛੱਡਿਆ ਨਹੀਂ ਮੈਂ ਆਪਣੇ ਦੇਸ਼ ਵਿੱਚ ਵੈਸੇ ਆਉਣੀ ਜਾਨੀ ਰਹਿਣੀ ਹੈ ਜੇ ਕਿਸੇ ਨੂੰ ਲੱਗੇ ਕਿ ਉਹ ਮੈਨੂੰ ਵਾਕਈ ਬੁਲਾਉਣਾ ਚਾਹੁੰਦੇ ਨੇ ਮੈਂ ਵੀ ਉਹਨਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਆ ਤੇ ਮੈਨੂੰ ਲੱਗਦਾ ਕਿ ਤੁਹਾਡੀ ਸਕਰੀਨ ਦੇ ਥੱਲੇ ਆਉਂਦਾ ਹੋਏਗਾ ਨੰਬਰ ਤੇ ਜ਼ਰੂਰ ਉੱਥੇ ਮੇਰਾ ਨੰਬਰ ਆਏਗਾ ਤੇ ਮੈਂ ਚਾਹੁੰਦੀ ਆ ਕਿ ਸਾਰੇ ਦਰਸ਼ਕ ਜਿੰਨੇ ਵੀ ਹੈਗੇ ਨੇ ਉਹ ਸਕਰੀਨ ਦੇ ਥੱਲੇ ਜਿਹੜਾ ਨੰਬਰ ਆ ਰਿਹਾ ਹੈ ਉੱਥੋਂ ਤੁਸੀਂ ਮੈਨੂੰ ਮਤਲਬ ਕੰਟੈਕਟ ਕਰ ਸਕਦੇ ਹੋ ਤੁਸੀਂ ਬੁਲਾਓਗੇ ਔਰ ਮੈਂ ਨਾ ਆਵਾਂ ਹੀ ਕਦੀ ਹੋ ਨਹੀਂ ਸਕਦਾ ਤੇ ਬਾਕੀ ਜੇ ਤੁਸੀਂ ਮੇਰੇ ਬਾਰੇ ਪੁੱਛਣਾ ਹੋਵੇ ਤੇ ਗੁਰਦੀਪ ਜੀ ਸਭ ਤੋਂ ਵੱਡੇ ਉਹ ਨੇ ਇਹਨਾਂ ਨੂੰ ਤੁਸੀਂ ਕੰਟੈਕਟ ਕਰੋ ਇਹ ਜ਼ਰੂਰ ਮੈਨੂੰ ਦੱਸਣਗੇ ਅੱਛਾ ਇੱਕ ਸਾਜ਼ ਇੱਥੇ ਪਿਆ ਹੈ ਇਹਦੇ ਬਾਰੇ ਕੁਝ ਦੱਸੋ ਵੈਸੇ ਇਹ ਅਰੇਬਿਕ ਇਨਸਟਰੂਮੈਂਟ ਹੈ ਇਹਨੂੰ ਉਦ ਕਹਿੰਦੇ ਨੇ ਇੱਥੇ ਬਹੁਤ ਮੁਸ਼ਕਿਲ ਹੈ ਇਹ ਵਜਾਉਣਾ ਸਟ੍ਰਿੰਗ ਇਨਸਟਰੂਮੈਂਟ ਹੈ ਵੈਸੇ ਇਹ ਤੇ ਇਹ ਕਿਉਂਕਿ ਮੈਂ ਇਥੇ ਸਿੱਖਦੀ ਸੀ ਕਹਿੰਦੇ ਨੇ ਇੱਕ ਐਕਟਰ ਜਿਹੜਾ ਹੁੰਦਾ ਨਾ ਬੜਾ ਲਾਲਚੀ ਹੁੰਦਾ ਉਹਨੂੰ ਜਿੱਥੇ ਵੀ ਮੌਕਾ ਮਿਲਦਾ ਹੈ ਉਹ ਜਾ ਕੇ ਕੁਝ ਨਾ ਕੁਝ ਸਿੱਖ ਲੈਂਦਾ ਤੇ ਮੈਨੂੰ ਲੱਗਦਾ ਕਿ ਮੈਂ ਅਰਬ ਦੇਸ਼ ਦੇ ਵਿੱਚ ਆਈਆਂ ਮੇਰੇ ਕੋਲ ਕਾਫੀ ਇੱਥੇ ਟਾਈਮ ਵੀ ਹੈਗਾ ਤੇ ਮੈਂ ਇਹਨੂੰ ਸਿੱਖਣਾ ਸ਼ੁਰੂ ਕੀਤਾ ਇਹਨੂੰ ਸਿੱਖ ਕੇ ਮੈਂ ਇਹਨਾਂ ਦੇ ਨਾਲ ਇਹਨਾਂ ਦੀ ਇਸ ਦੀ ਪਰਫਾਰਮੈਂਸ ਵੀ ਦਿੱਤੀ ਹੈ ਨਾਲੇ ਤੇ ਮਸਕਰ ਦੇ ਵਿੱਚ ਪਰਫਾਰਮੈਂਸ ਵੀ ਦੇ ਚੁੱਕੀ ਆ ਪਰ ਮੈਂ ਇਸ ਵਾਰੀ ਤੁਹਾਡਾ ਗੁਲ ਮਾਫੀ ਮੰਗਦੀ ਆ ਮੈਂ ਹੁਣ ਵਜਾ ਕੇ ਨਹੀਂ ਦਿਖਾ ਸਕਦੀ ਕਿਉਂਕਿ ਇਹਨੂੰ ਟਿਊਨ ਕਰਨ ਵਾਸਤੇ ਬਹੁਤ ਟਾਈਮ ਲੱਗ ਜਾਣਾ ਤੇ ਨੈਕਸਟ ਟਾਈਮ ਜਦੋਂ ਆਪਾਂ ਕਦੀ ਮਿਲਾਂਗੇ ਤੇ ਮੈਂ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਇਹ ਕਹਿਨੀ ਆ ਕਿ ਮੈਂ ਇਸ ਇਨਸਟਰੂਮੈਂਟ ਨੂੰ ਲੈ ਕੇ ਉੱਥੇ ਪਰਫਾਰਮੈਂਸ ਕਰਾਂ ਨਾਉਂਗੀ ਸਪੈਸ਼ਲ ਤੁਹਾਨੂੰ ਬੁਲਾਉਂਗੀ ਦਰਸ਼ਕੋ ਮੈਂ ਇਸ ਤੋਂ ਪਹਿਲੇ ਕੀ ਦੱਸਦਾ ਪੰਜਾਬੀ ਦੀ ਇੱਕ ਮਸ਼ਹੂਰ ਫਿਲਮ ਜਿਹਨੂੰ ਕਿ ਨੈਸ਼ਨਲ ਅਵਾਰਡ ਵੀ ਮਿਲਿਆ ਸੀ ਨਾਬਰ ਨਾਬਰ ਵਿੱਚ ਬਬਲੀ ਜੀ ਨੇ ਇੱਕ ਬਹੁਤ ਅੱਛਾ ਕੈਰੈਕਟਰ ਨਿਭਾਇਆ ਸੀਗਾ ਬਹੁਤ ਅੱਛਾ ਕੈਰੈਕਟਰ ਪਲੇ ਕੀਤਾ ਸੀਗਾ ਉਹਦੇ ਬਾਰੇ ਕੁਝ ਆਪਣਾ ਐਕਸਪੀਰੀਅੰਸ ਦੱਸੋ ਨਾਬਰ ਅਸੀਂ ਹੁਣੇ ਉਹ ਫਿਲਮ ਕੀਤੀ ਹੈ ਔਰ ਨੈਸ਼ਨਲ ਅਵਾਰਡ ਵੀ ਉਹਨੂੰ ਮਿਲ ਗਿਆ ਉਹਦੇ ਵਿੱਚ ਮੈਂ ਇੱਕ ਮਾਂ ਦਾ ਰੋਲ ਕੀਤਾ ਆਪਣੇ ਹੀਰੋ ਦੀ ਮਾਂ ਦਾ ਰੋਲ ਔਰ ਉਹ ਜਿਹੜੀ ਫਿਲਮ ਬਣੀ ਵੀ ਮਾਪੇ ਦੇ ਉੱਤੇ ਹੀ ਬਣੀ ਹੋਈ ਹੈ ਜਿਹੜੇ ਆਪਣੇ ਜਿੱਦਾਂ ਹੁਣ ਅਸੀਂ ਬਾਹਰ ਆਏ ਆ ਇਸੇ ਤਰ੍ਹਾਂ ਸਾਡੀ ਜਿਹੜੀ ਯੰਗ ਜਨਰੇਸ਼ਨ ਜਿੰਨੀ ਵੀ ਹੈਗੀ ਆ ਉਹ ਬਾਹਰ ਚਲੇ ਜਾਂਦੇ ਨੇ ਤੇ ਜਿਹੜੇ 에ਜੰਟ ਕਈ ਇਹੋ ਜਿਹੇ ਮਿਲ ਜਾਂਦੇ ਨੇ ਕਿ ਉਹ ਮਿਸਗਾਈਡ ਕਰ ਦਿੰਦੇ ਨੇ ਗੁੰਮਰਾਹ ਕਰ ਦਿੰਦੇ ਨੇ ਲੋਕਾਂ ਨੂੰ ਪੈਸੇ ਲੈ ਕੇ ਉਹ ਸਟੋਰੀ ਬੜੀ ਪੇਨਫੁਲ ਸਟੋਰੀ ਸੀਗੀ ਕਿ ਉਹਦੇ ਵਿੱਚ 에ਜੰਟ ਪੈਸੇ ਲੈ ਕੇ ਮੁੰਡੇ ਨੂੰ ਮਾਰ ਦਿੰਦੇ ਨੇ ਤੇ ਉਹ ਮਾਂ ਜਿਹੜੀ ਆ ਉਹ ਬਿਲਕਦੀ ਰਹਿੰਦੀ ਹੈ सैप्ट नहीं कर मतलब मेरा बेट द मेरे पुत की मौत हो गई है एक्सैप्ट नहीं कर पाती तो इट वॉज़ वेरी 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 नाइस रोल और मैं करके मजा भी बड़ा आया और टीम भी बड़ी अच्छी सी डायरेक्टर भी बहुत सिंसीयर से बहुत अच्छे डायरेक्टर राजीव जी की फिल्म राजीव कुमार जी की ਤੇ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਬਹੁਤ ਵਧੀਆ ਤਰ੍ਹਾਂ ਨਾਲ ਸਮਝਾਇਆ ਵੀ ਐਂਡ ਮੈਨੂੰ ਲੱਗਦਾ ਕਿ ਜੇ ਸਾਡੇ ਪੰਜਾਬੀ ਲੋਕਾਂ ਦੇ ਵਿੱਚ ਇਹੋ ਜਿਹੀਆਂ ਫਿਲਮਾਂ ਬੰਦੀਆਂ ਰਹਿਣ ਇਹੋ ਜਿਹੇ ਜਿਹੜੇ ਡਾਇਰੈਕਟਰ ਨੇ ਉਹ ਮਤਲਬ ਉਹਦੇ ਰਹਿਣ ਤੇ ਮੈਨੂੰ ਲੱਗਦਾ ਕਿ ਜਿੰਨਾ इमोशंस ਜਾਂ ਜਿੰਨੀਆਂ ਕਰੈਕਟਰ ਸਾਡੇ ਉਥੋਂ ਮਿਲ ਸਕਦੇ ਨੇ ਪੰਜਾਬ ਤੋਂ ਉਸ ਤੋਂ ਜਿੰਨਾ ਸਾਡਾ ਇਤਿਹਾਸ ਹੈ ਉਥੇ ਤੇ ਮੈਨੂੰ ਲੱਗਦਾ ਕਿ ਅਸੀਂ ਹੋਰ ਵੀ ਅੱਗੇ ਵਧ ਸਕਦੇ ਕੋਈ ਤੁਹਾਡਾ ਅਪਕਮਿੰਗ ਨਾਟਕ ਜਿੰਨੂੰ ਤੁਸੀਂ ਪਰਫਾਰਮ ਕਰਨ ਦੀ ਸੋਚ ਰਹੇ ਹੋ ਹਾਂਜੀ ਮੈਂ ਐਕਚੁਅਲੀ ਅਲੱਗ-ਅਲੱਗ ਸਬਜੈਕਟ ਨੂੰ ਲੈ ਕੇ ਨਾਟਕ ਲਿਖਦੀ ਆ ਜਿੱਦਾਂ ਹੁਣ ਆਪਣੀ ਫੇਸਬੁੱਕ ਜਨਰੇਸ਼ਨ ਆ ਉਹਦੇ ਉੱਪਰ ਨਾਟਕ ਲਿਖਿਆ ਸੀਗਾ ਫਿਰ ਮੈਂ ਆਪਣੇ ਜਿਹੜੇ ਲੜਕੇ ਬਾਹਰ ਚਲੇ ਜਾਂਦੇ ਨੇ ਵਿਆਹ ਕਰਕੇ ਕਈ ਉਧਰ ਬੁਰੇ ਕੰਮਾਂ ਵਿੱਚ ਫਸ ਜਾਂਦੇ ਨੇ ਤੇ ਉਸ ਉਹਨਾਂ ਨੂੰ ਲੈ ਕੇ ਵੀ ਮੈਂ ਕਾਫੀ ਕੰਮ ਕੀਤਾ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਪਿੱਛੇ ਛੱਡ ਜਾਂਦੇ ਨੇ ਪਿੰਡਾਂ ਦੇ ਵਿੱਚ ਵਿਆਹ ਕਰਕੇ ਉਹਨਾਂ ਦੇ ਕਿੰਨੇ ਬੁਰੇ ਹਾਲ ਹੁੰਦੇ ਨੇ ਉਸ ਉੱਪਰ ਨਾਟਕ ਲਿਖਿਆ ਹੈ ਤੇ ਆਪਣੇ ਜਿੱਦਾਂ ਫੌਜੀ ਤਾਂ ਜਿਨ੍ਹਾਂ ਦੇ ਘਰ ਵਿੱਚ ਇੱਕ ਹੀ ਇੱਕ ਮੁੰਡਾ ਹੈ ਉਹ ਵੀ ਫੌਜ ਦੇ ਵਿੱਚ ਚਲਾ ਗਿਆ ਉਹਨਾਂ ਦੀਆਂ ਔਰਤਾਂ ਪਿੱਛੋਂ ਕਿੱਦਾਂ ਸਰਵਾਈਵ ਕਰਦੀਆਂ ਨੇ ਉਹਦੇ ਉੱਪਰ ਵੀ ਨਾਟਕ ਹੈਗਾ ਤੇ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਮਤਲਬ ਇਸ ਫੀਲਡ ਦੇ ਵਿੱਚ ਵੈਸੇ ਤਾਂ ਕਹਿੰਦੇ ਨੇ ਕਿ ਆਪਾਂ ਤੁਸੀਂ ਕਿੰਨਾ ਆਪਣੇ ਦੇਸ਼ ਵਾਸਤੇ ਕਰ ਸਕਦੇ ਹੋ ਮੈਨੂੰ ਲੱਗਦਾ ਕਿ ਮੇਰੇ ਲਈ ਮੈਨੂੰ ਮੇਰੇ ਵਾਸਤੇ ਬਹੁਤ ਵਧੀਆ ਸਾਧਨ ਹੈ ਕਿ ਮੈਂ ਇਸੇ ਤਰ੍ਹਾਂ ਲਿਖ ਕੇ ਜਾਂ ਪਰਫਾਰਮ ਕਰਕੇ ਲੋਕਾਂ ਦੇ ਵਿੱਚ ਜਾ ਕੇ ਕੁਝ ਕਰ ਸਕਾਂ ਆਪਣੇ ਦੇਸ਼ ਵਾਸਤੇ ਤਾਂ ਕੋਸ਼ਿਸ਼ ਕਰ ਰਹੀ ਹਾਂ ਹੁਣ ਜਿਹੜਾ ਲੇਟੈਸਟ ਨਾਟਕ ਮੈਂ ਲਿਖਿਆ ਹੈਗਾ ਉਹ ਆਪਣਾ ਹੈਗਾ ਇਹ ਦੇ ਉੱਪਰ ਡਿਵੋਰਸ ਦੇ ਉੱਪਰ ਕਿਉਂਕਿ ਡਿਵੋਰਸ ਰੇਸ਼ੋ ਕਾਫੀ ਵੱਧਦੀ ਜਾ ਰਹੀ ਹੈ ਤੇ ਬਿਲਕੁਲ ਹੁਣ ਆਏਗਾ ਬਸ ਨਵਾਂ ਨਵਾਂ ਨਾਟਕ ਹੁਣ ਬਿਲਕੁਲ ਜਲਦੀ ਲੈ ਕੇ ਆਵਾਂਗੀ ਮੈਂ ਉਸ ਨਾਟਕ ਨੂੰ ਬਬਲੀ ਜੀ ਇਸ ਸ਼ੋਅ ਇਹ ਤੁਹਾਡਾ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ ਮੈਂ ਉਮੀਦ ਕਰਦਾ ਕਿ ਸਾਡੇ ਦਰਸ਼ਕਾਂ ਨੂੰ ਬਹੁਤ ਮਜ਼ਾ ਆਇਆ ਹੋਵੇਗਾ ਇਸ ਚੀਜ਼ ਦਾ ਕਿਉਂਕਿ ਅਸੀਂ ਅਕਸਰ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਜਿਹੜੇ ਐਨਆਰਆਈਸ ਆਂਦੇ ਨੇ ਦਰਸ਼ਕਾਂ ਨਾਲ ਗੱਲਾਂ ਕਰਦੇ ਨੇ ਉਹ ਜ਼ਿਆਦਾਤਰ ਬਿਜ਼ਨਸ ਦੀਆਂ ਗੱਲਾਂ ਹੁੰਦੀਆਂ ਜਾਂ ਉਹ ਜਿੱਥੇ ਰਹਿੰਦੇ ਨੇ ਉੱਥੇ ਦੀਆਂ ਗੱਲਾਂ ਹੁੰਦੀਆਂ ਜੇ ਆਪਣੀ ਇਕਲ ਵੀ ਗੱਲਾਂ ਹੋ ਜਾਂਦੀਆਂ ਕਈ ਵਾਰੀ ਲੇਕਿਨ ਪਹਿਲੀ ਵਾਰੀ ਇੱਕ ਕਲਾਕਾਰ ਨਾਲ ਗੱਲ ਹੋ ਰਹੀ ਹੈ ਔਰ ਉਸ ਗੱਲ ਦਾ ਆਨੰਦ ਜ਼ਰੂਰ ਸਾਨੂੰ ਵੀ ਆਇਆ ਤੁਹਾਨੂੰ ਵੀ ਆਇਆ ਹੋਣਾ ਔਰ ਸਾਡੇ ਦਰਸ਼ਕਾਂ ਨੇ ਵੀ ਇਸ ਚੀਜ਼ ਦਾ ਪੂਰਾ ਆਨੰਦ ਲਿਆ ਹੋਣਾ ਮਾਫੀ ਚਾਹਨਾ ਬਬਲੀ ਜੀ ਸਮਾ ਸਾਨੂੰ ਇੰਨੀ ਕੋਈ ਇਜਾਜ਼ਤ ਦਿੰਦਾ ਹੈਗਾ ਤੁਸੀਂ ਸਾਡੇ ਐਨ ਆਰ ਆਈ ਮੀਟ ਦੇ ਅੱਜ ਦੇ ਇਸ એપisode ਦੇ ਵਿੱਚ ਮਹਿਮਾਨ ਵਜੋਂ ਦਰਸ਼ਕਾਂ ਸਾਹਮਣੇ ਹਾਜ਼ਰ ਹੋਏ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੁਰੂ ਤਾਂ ਦਰਸ਼ਕੋ ਐਨ ਆਰ ਆਈ ਮੀਟ ਦੇ ਅੱਜ ਦੇ ਇਸ એપisode ਦੇ ਵਿੱਚ ਸਾਡੇ ਨਾਲ ਸਨ ਮਸਕਟ ਵਿੱਚ ਹਿੰਦੁਸਤਾਨ ਦੇ ਮਸ਼ਹੂਰ ਅਦਾਕਾਰਾ ਨਿਰਦੇਸ਼ਕਾ ਤੇ ਲੇਖਿਕਾ ਹਰਵਿੰਦਰ ਕੌਰ ਬਬਲੀ ਜੋ ਕਿ ਦੁਨੀਆ ਵਿੱਚ ਕੁੰਮ-ਕੁੰਮ ਕੇ ਆਪਣੇ ਇਸ ਕਲਾ ਖੇਤਰ ਵਿੱਚ ਨਾਮ ਕਮਾ ਰਹੇ ਨੇ ਸੋ ਉਹਨਾਂ ਨਾਲ ਮੁਲਾਕਾਤ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਿਖਣਾ ਨਾ ਭੁੱਲਣਾ ਐਨਆਰਆਈ ਮੀਟ ਦੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਫੇਰ